ਪੰਜਾਬ ਵਿੱਚ ਕੋਰੋਨਾ ਮਹਾਮਾਰੀ ਕਾਰਨ ਹੋਏ ਲੋਕਡਾਊਨ ਦੌਰਾਨ ਕਰਫਿਊ ਲੱਗਣ ਦੀ ਸਥਿਤੀ ਵਿੱਚ ਜਿੱਥੇ ਗਰੀਬ ਲੋਕਾਂ ਨੂੰ ਰੋਟੀ ਤੋਂ ਵੀ ਮੁਹਤਾਜ ਹੋਣਾ ਪੈ ਰਿਹਾ ਹੈ, ਉੱਥੇ ਹੀ ਸਮਾਣਾ ਤੋਂ ਸ਼ਿਵ ਸੈਨਾ ਬਾਲ ਠਾਕਰੇ ਦੇ ਮਹਾਂ ਮੰਤਰੀ ਅਸ਼ਵਨੀ ਅਰੋੜਾ, ਜੋ ਕਿ ਅਕਸਰ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ, ਇਸ ਭਿਆਨਕ ਮਹਾਂਮਾਰੀ ਵਿੱਚ ਲੋੜਵੰਦ ਅਤੇ ਗਰੀਬ ਲੋਕਾਂ ਦੀ ਬਾਹ ਫੜਨ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਹੇ। ਉਹ ਆਪਣੀ ਪੂਰੀ ਟੀਮ ਨਾਲ ਹਰ ਜ਼ਰੂਰਤਮੰਦ ਤੱਕ ਰਾਸ਼ਨ ਸਮੱਗਰੀ, ਸੈਨੇਟਾਈਜ਼ਰ, ਦੁੱਧ, ਮਾਸਕ ਵੰਡ ਕੇ ਲੋਕਾਂ ਦੀ ਦਿਨ ਰਾਤ ਮਦਦ ਕਰ ਰਹੇ ਹਨ। ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਵੀ ਤੁਸੀਂ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਸਾਥ ਦਿਓ। ਦੇਖੋ, ਇਹ ਸੰਕਟ ਦੀ ਘੜੀ ਹੈ, ਇਸ ਸੰਕਟ ਨੂੰ ਅਸੀਂ ਸਾਰਿਆਂ ਨੇ ਰਲ ਮਿਲ ਕੇ ਹੀ ਇਸ ਵਿੱਚੋਂ ਨਿਕਲਣਾ ਹੈ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਇਹ ਰਾਜਨੀਤੀ ਦਾ ਸਮਾਂ ਨਹੀਂ ਹੈ, ਇਹ ਸੰਕਟ ਦਾ ਸਮਾਂ। ਇਹੋ ਜਿਹੇ ਸਮੇਂ ਚ ਸਾਨੂੰ ਸਰਕਾਰ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ। ਜੇ ਪੁਲਿਸ ਸਾਡੇ ਘਰਾਂ ਤੋਂ ਬਾਹਰ ਖੜੀ ਹੈ ਤਾਂ ਉਹ ਸਾਡੀ ਰੱਖਿਆ ਲਈ ਖੜੀ ਹੈ, ਸਾਨੂੰ ਘਰਾਂ ਵਿੱਚ ਰਹਿ ਕੇ ਉਹਨਾਂ ਦੇ ਕਹੇ ਮੁਤਾਬਕ ਆਪਣੀ ਸੇਫਟੀ ਕਰਨੀ ਚਾਹੀਦੀ ਹੈ। ਕੁਛ ਲਗਾਤਾਰ ਕੁਛ ਦਿਨਾਂ ਤੋਂ ਜੋ ਮੇਰੇ ਲਾਇਕ ਜਿੰਨੀ ਕੁ ਸੇਵਾ ਕਰ ਸਕਦੇ ਸੀ ਅਸੀਂ ਲਗਾਤਾਰ ਲੰਗਰ ਚਲਾ ਰਹੇ ਹਾਂ ਤੇ ਅੱਜ ਅਸੀਂ ਪੰਜਵੇਂ ਦਿਨ ਦੁੱਧ ਤੇ ਰਸ ਦਾ ਵਿਤਰਨ ਕੀਤਾ ਹੈ। ਪਹਿਲਾ ਦਿਨ ਅਸੀਂ ਮਾਸਕ, ਸੈਨੇਟਾਈਜ਼ਰ, ਚਾਹ, ਬਿਸਕਿਟ ਤੇ ਨਮਕੀਨ ਦਾ ਛੋਟਾ ਜਿਹਾ ਸਾਡੇ ਜੋ ਸੁਰੱਖਿਆ ਕਰਮੀ, ਨਗਰ ਪਾਲਿਕਾ ਦੇ ਸੁਰੱਖਿਆ ਕਰਮੀ, ਉਹ ਸਾਰਿਆਂ ਦੀ ਸੇਵਾ ਚ ਛੋਟਾ ਜਿਹਾ ਉਪਰਾਲਾ ਅਸੀਂ ਕੀਤਾ। ਮੈਂ ਤੁਹਾਨੂੰ ਸਾਰਿਆਂ ਨੂੰ ਵੀ ਇਹੀ ਬੇਨਤੀ ਤੇ ਅਪੀਲ ਕਰਨਾ ਚਾਹੁੰਦਾ ਤੁਸੀਂ ਵੀ ਸਾਰੇ ਆਓ, ਰਲ ਮਿਲ ਕੇ ਇੱਕ ਛੋਟਾ ਜਿਹਾ ਉਪਰਾਲਾ ਕਰੀਏ। ਜੇ ਕੋਈ ਗਰੀਬ ਹੈ ਜਾਂ ਜ਼ਰੂਰਤਮੰਦ ਹੈ ਉਸਦੀ ਸਹਾਇਤਾ ਜ਼ਰੂਰ ਕਰੀਏ, ਜ਼ਰੂਰ ਕਰੀਏ। ਇੰਨੀ ਹੀ ਬੇਨਤੀ ਕਰਦਾ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਇਹੀ ਅਪੀਲ ਕਰਦਾ ਵੀ ਆਪਣੇ ਘਰਾਂ ਚ ਰਹੋ ਤੇ ਸੇਫ ਰਹੋ। ਜੈ ਸ਼੍ਰੀ ਰਾਮ।